ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੇ ਸਤਸੰਗ ਜੀ, ਅੱਜ ਮੈਨੂੰ ਤੁਹਾਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੋਵੇਗੀ ਕਿ ਅੱਜ ਮੇਰਾ ਕੋਈ 10 ਵਜੇ ਐਕਸੀਡੈਂਟ ਹੋਇਆ। ਮੈਂ ਘਰ ਦੇ ਅੰਦਰੋਂ ਮੋਟਰਸਾਈਕਲ ਕੱਢਿਆ, ਉਹ ਰੈਂਪ ਜਿਹੜਾ ਅਸਲੀ ਸਾਡੇ ਉਹ ਜੇ ਅਸੀਂ ਬਣਾ ਨਹੀਂ ਸਕੇ ਕਿਉਂਕਿ ਨਵੇਂ ਮਕਾਨ ਬਣਦੇ ਆ। ਦੂਸਰੀ ਸਾਈਡ ਅਸੀਂ ਓਪੋਜਿਟ 4 ਫੁੱਟ ਦਾ ਗੇਟ ਵਾ, ਉਹਦੇ ਵਿੱਚ ਜਦੋਂ ਮੋਟਰਸਾਈਕਲ ਬੰਦ ਕਰਕੇ ਮੈਂ ਗੇਟ 'ਚ ਪਾ ਕੇ ਕੱਢਿਆ ਤਾਂ ਉਹ ਕਲੱਚ ਨੂੰ ਕਿਸੇ ਤਰ੍ਹਾਂ ਪਤਾ ਨਹੀਂ ਕੀ ਗੱਲ ਹੋਈ ਆ ਕਿ ਸਣੇ ਮੋਟਰਸਾਈਕਲ ਮੈਂ 6-7 ਫੁੱਟ ਟੋਏ ਦੇ ਵਿੱਚ ਜੰਡ ਗਿਆ। ਮੋਟਰਸਾਈਕਲ ਮੇਰੇ ਉੱਤੇ ਆ ਕੇ ਮੈਂ ਥੱਲੇ ਆ ਗਿਆ। ਗੁਰੂ ਮਹਾਰਾਜ ਦੀ ਇੰਨੀ ਕਿਰਪਾ ਹੋਈ ਆ ਕਿ ਮੇਰੇ ਕੋਈ ਸੱਟ ਨਹੀਂ ਲੱਗੀ। ਜਿੱਦਾਂ ਗੁਰੂ ਮਹਾਰਾਜ ਪ੍ਰਵਾਨ ਕਰਦੇ, ਜਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ। ਜਿੱਦਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵੀ ਸ਼ਬਦ ਆ, ਤੱਤੀ ਵਾਉ ਨਾ ਲੱਗੇ ਪਾਰ ਵਾਰ ਸੁਣਾਈ। ਤਾਂ ਇਸ ਤਰ੍ਹਾਂ ਗੁਰੂ ਮਹਾਰਾਜ ਮੈਨੂੰ ਹੱਥ ਦੇ ਕੇ ਰੱਖਿਆ ਵਾ, ਬਾਲ ਬਾਲ ਬਚਿਆ, ਮੋਟਰਸਾਈਕਲ ਦਾ ਵੀ ਕੁਛ ਨਹੀਂ ਬਚਿਆ, ਕੁਛ ਨਹੀਂ ਟੁੱਟਿਆ। ਅਤੇ ਮੈਂ ਵੀ ਐਨ ਸਹੀ ਸਲਾਮਤ ਤੁਹਾਡੇ ਗੁਰੂ ਗੁਰੂ ਹਾਂ ਕਿ ਮੈਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰ, ਜਿਸ ਤਰ੍ਹਾਂ ਸੱਚਿਆ ਪਾਤਸ਼ਾਹ ਜੀ ਐਕਸੀਡੈਂਟ ਮੈਨੂੰ ਬਾਲ ਬਾਲ ਬਚਾਇਆ, ਇੱਦਾਂ ਸਰਬੱਤ ਸਭ ਸੰਗਤ ਨੂੰ ਬਚਾਵੀ, ਜਿਸ ਤਰ੍ਹਾਂ ਮੇਰੀ ਰੱਖਿਆ ਕੀਤੀ ਆ, ਇੱਦਾਂ ਸਾਰੀ ਸੰਗਤਾਂ ਦੀ ਰੱਖਿਆ ਕਰੀ, ਜਿਸ ਤਰ੍ਹਾਂ ਸਾਡੇ ਬੇੜੇ ਪਾਰ ਕਰ ਰਹੇ ਹਾਂ ਇੱਦਾਂ ਸਾਰੀਆਂ ਸੰਗਤਾਂ ਕਰੀਆਂ। ਆਪ ਨੂੰ ਭਲੀ ਭਾਤ ਹੈ, ਪਤਾ ਹੀ ਹੈ ਕਿ ਸਾਡਾ 4 ਦਿਨ ਸਾਡੇ ਪੋਤਾ ਅਸੀਂ ਉਹਦੀਆਂ ਖੁਸ਼ੀਆਂ ਦੇ ਵਿੱਚ ਘੁੰਮ ਰਹੇ ਸੀ, ਅੱਜ ਵੀ ਇਸੇ ਖੁਸ਼ੀ ਦੇ ਵਿੱਚ ਚੱਲੇ ਸੀਗੇ। ਤਾਂ ਉਹ ਪਤਾ ਨਹੀਂ ਕੀ ਕਾਰਨ ਹੋ ਗਿਆ, ਹੋਰ ਨਿਕਲਦੇ ਮੈਂ ਡਿੱਗ ਪਿਆ 7-8 ਫੁੱਟ ਹੋਏ, ਜਿੰਨੇ 'ਚ ਬਚਣਾ ਮੁਸ਼ਕਲ ਆ। ਮੈਂ ਆਹ ਦੇਖੋ ਕਿ ਜਿਹੜੀ ਮੈਂ ਦਸਤਾਰ ਬੰਨੀ ਹੋਈ ਸੀ, ਦਸਤਾਰ ਬੰਨੀ ਹੋਈ ਸੀ, ਮਹਾਰਾਜ ਇੰਨੀ ਕਿਰਪਾ ਹੋਈ ਕਿ ਮੇਰੀ ਦਸਤਾਰ ਵੀ ਨਹੀਂ ਲਿਖੀ ਆ। ਇਸ ਤੋਂ ਵੱਡੀ ਕਿਰਪਾ ਗੁਰੂ ਜੀ ਕੀ ਹੋ ਸਕਦੀ ਆ। ਮੈਂ ਸਤਿਗੁਰ ਸੱਚੇ ਪਾਤਸ਼ਾਹ ਦਾ ਕੋਟਨ ਕੋਟ ਧੰਨਵਾਦ ਕਰਦਾ। ਸੰਗਤਾਂ ਦੀਆਂ ਸ਼ੁਭ ਇੱਛਾਵਾਂ ਦੇ ਨਾਲ ਮੇਰਾ ਬਚਾਅ ਹੋ ਗਿਆ ਅਤੇ ਸੱਚੇ ਪਾਤਸ਼ਾਹ ਸਭ ਦਾ ਭਲਾ ਕਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।